ਬ੍ਰੈਂਪਟਨ ਦੇ ਕਈ MPs ਅਤੇ MPPs ਵੱਲੋਂ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਲਈ ਓਪਨ ਹਾਊਸ ਮੀਟਿੰਗ ਰੱਖੀ ਗਈ ਜਿਸ ਵਿੱਚ ਆਮ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਫਿਰ ਆਪਣੇ ਸਵਾਲ ਆਪਣੇ MP ਦੇ ਅੱਗੇ ਰੱਖੇ ਗਏ। ਜ਼ਿਕਰਯੋਗ ਹੈ ਕਿ ਬ੍ਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਪ੍ਰਬੰਧ ਕੀਤੇ ਗਏ ਓਪਨ ਹਾਊਸ ਇਵੈਂਟ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਇਸ ਸੰਬੰਧੀ ਇੱਕ ਖਾਸ ਰਿਪੋਰਟ। ਬ੍ਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਕੰਸਟੀਚੁਐਂਸੀ ਆਫਿਸ ਦੇ ਵਿੱਚ ਇੱਕ ਓਪਨ ਹਾਊਸ ਇਵੈਂਟ ਦਾ ਆਯੋਜਨ ਕੀਤਾ। ਸਾਲ ਦੀ ਸ਼ੁਰੂਆਤ ਦੇ ਵਿੱਚ ਰੱਖੇ ਗਏ ਇਸ ਮੀਟ ਐਂਡ ਗ੍ਰੀਟ ਇਵੈਂਟ ਦੇ ਵਿੱਚ MP ਰੂਬੀ ਸਹੋਤਾ ਨੇ ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ ਕੀਤੀ ਗਈ ਅਚੀਵਮੈਂਟਸ ਬਾਰੇ ਵਿਚਾਰ ਚਰਚਾ ਕੀਤੀ ਅਤੇ ਸਰਕਾਰ ਦੀਆਂ ਇਸ ਸਾਲ ਦੀਆਂ ਪਾਲਿਸੀਜ਼ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। I'm Ruby Sahota and aaj sada ithe open house ho reya hega office de vich so at that time ek to char si te main sare jinne vi aaj aaye hege ne supporters mere I guess I can say aaj to jehde friends bane hege ne aap pichle 2 saalan de vich bahut log aaj gather hoye ne te mainu bahut khushi hundi hegi hai sareyan nu mil ke te they've been so supportive koi vi aaj ithe aa sakda hega ya we're going to try to do this every year so every year asi ek open house rakhange jithe koi vi jehda ona ਚਾਹੁੰਦਾ ਹੈਗਾ ਭੈਣ ਭਰਾ ਮਿਲਣਾ ਚਾਹੁੰਦਾ ਹੈਗਾ ਆ ਉਹ ਦੇਖ ਕੇ ਜਾ ਸਕਦਾ ਵੀ ਕਿੱਥੇ ਸਾਡਾ ਆਫਿਸ ਆ ਮੀਟਿੰਗ ਬੁੱਕ ਕਰਕੇ ਜਾ ਸਕਦਾ ਸੋ ਆਮ ਹੇਅਰ ਟੂਡੇ ਟੂ ਨਾਟ ਓਨਲੀ support MP Ruby Sahota but also to say thank you. She's been a champion for Brampton. She's been front and center advocating for what's best for the city and I just want to personally thank you for all the work and dedication that she's provided to the city of Brampton. ਤੇ ਅੱਜ ਅਸੀਂ ਰੂਬੀ ਸਹੋਤਾ MP ਰੂਬੀ ਸਹੋਤਾ ਦੇ ਓਪਨ ਹਾਊਸ ਤੇ ਆਏ ਹਾਂ ਤੇ ਨਾਲੇ ਉਹ ਐਕਚੁਅਲੀ ਸਾਡੇ ਇਲਾਕੇ ਦੇ MP ਹੈ ਇੰਕਲੂਡਿੰਗ ਰਾਜ ਗਰੇਵਾਲ ਸੋ ਕਾਫੀ ਕੰਮ ਕਰ ਰਹੇ ਨੇ ਅੱਛਾ ਕੰਮ ਕਰ ਰਹੇ ਕਮਿਊਨਿਟੀ ਦੇ ਵਿੱਚ ਐਂਡ ਸ਼ੀ ਇਜ਼ ਡਨ ਅ ਲੋਟ ਆਫ ਵਰਕ ਐਜ਼ ਵੈਲ ਸਪੀਕਿੰਗ ਔਨ ਬਿਹਾਫ ਆਫ ਸੋ ਮਨੀ ਬ੍ਰੈਂਪਟਨ ਇਸ਼ੂਜ਼ ਇਨ ਪਾਰਲੀਮੈਂਟ ਵੈਦਰ ਇਟਸ ਯੂਨੀਵਰਸਿਟੀ ਔਰ ਵੈਦਰ ਇਟਸ ਯੂਥ ਇਸ਼ੂਜ਼ ਐਂਡ ਸੋ ਮਨੀ ਡਿਫਰੈਂਟ ਥਿੰਗਸ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਾਫੀ ਕਮਿਊਨਿਟੀ ਇੱਥੇ ਅੱਜ ਪਹੁੰਚੀ ਹੈ ਯੂ ਨੋ ਵਧੀਆ ਦ ਮੁਸਲਿਮ ਕਮਿਊਨਿਟੀ ਐਂਡ ਡਿਫਰੈਂਟ ਮੈਂਬਰਸ ਆਫ ਡਿਫਰੈਂਟ ਬੈਕਗ੍ਰਾਉਂਡਸ ਐਜ਼ ਵੈਲ ਸਾਰੇ ਇੱਥੇ ਪਹੁੰਚੇ ਨੇ ਤੇ ਆਈ ਥਿੰਕ ਸ਼ੀ ਇਜ਼ ਡੂਇੰਗ ਐਨ ਐਕਸਲੈਂਟ ਜੌਬ। ਇਸ ਇਵੈਂਟ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ MP ਰੂਬੀ ਸਹੋਤਾ ਅੱਗੇ ਰੱਖੇ। Member Parliament Ruby Sahota is a wonderful person. She's doing a great job. I'm from Guru Tegh Bahadur International School, so our students has to go to Parliament to visit Parliament question hour and understand Ottawa's politics. So she was very helpful. She organized and helped us to get the arrangement in Parliament and even for the residents of the students. So I'm really happy to come to the open house of Member Parliament Ruby Sahota. She's doing an excellent job. I just seen ਬ੍ਰੈਂਪਟਨ ਨਾਰਥ ਰਾਈਡਿੰਗ ਦੇ ਵਿੱਚ ਰੂਬੀ ਸਹੋਤਾ ਦੇ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਹਾਂ। ਇੱਥੇ ਅਸੀਂ ਅੱਜ ਓਪਨ ਹਾਊਸ ਦੇ ਉੱਤੇ ਆਏ ਹਾਂ ਕਿਉਂਕਿ ਹਰ ਇੱਕ ਜੋ ਇੱਥੋਂ ਦਾ ਵੋਟਰ ਹੈ ਉਹਨੂੰ ਅਧਿਕਾਰ ਹੈ ਬ੍ਰੈਂਪਟਨ ਨਾਰਥ ਦੇ ਨੂੰ ਕਿ ਰੂਬੀ ਸਹੋਤਾ ਦਫ਼ਤਰ 'ਚ ਆ ਕੇ ਉਸਦੇ ਕੰਮਕਾਰਾਂ ਬਾਰੇ ਦੇਖੀਏ ਅਤੇ ਕੰਮਕਾਰਾਂ ਬਾਰੇ ਆਪਣੇ ਕੰਮਕਾਰਾਂ ਦੀ ਜੋ ਲੋੜ ਹੈ ਉਹ ਦੱਸੇ ਆ ਕੇ ਅਸੀਂ ਆ ਕੇ ਉਸ ਨੂੰ ਮਿਲੇ ਹਾਂ ਇੱਥੇ ਆ ਕੇ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਸਵਾਲ ਕੀਤੇ ਨੇ ਅਤੇ ਅਸੀਂ ਬਹੁਤ ਹੀ ਜ਼ਿਆਦਾ ਉਹਦੇ ਕੰਮਾਂ ਤੋਂ ਸੈਟਿਸਫਾਈ ਹੋਏ ਹਾਂ। ਆਪਣੇ ਹਲਕੇ ਦੇ ਜਿੰਨੇ ਵੀ ਕੋਈ ਸਮੱਸਿਆਵਾਂ ਨੇ ਜਾਂ ਉਹਨਾਂ ਨੇ ਕੀ ਕੰਮ ਕੀਤਾ ਜਾਂ ਤੁਸੀਂ ਉਹਦੇ ਵਿੱਚ ਆਪਣੀ ਕੋਈ ਇਨਪੁੱਟ ਪਾਉਣਾ ਚਾਹੁੰਦੇ ਹੋ ਆਪਣੀ ਕੋਈ ਸਮੱਸਿਆ ਦੱਸਣੀ ਚਾਹੁੰਦੇ ਹੋ ਉਹਦੇ ਲਈ ਅੱਜ ਓਪਨ ਹਾਊਸ ਰੂਬੀ ਸਹੋਤਾ ਜੀ ਨੇ ਕੀਤਾ। ਮੈਂ ਸਮਝਦਾ ਰੂਬੀ ਸਹੋਤਾ ਜੀ ਬਹੁਤ ਮਿਹਨਤ ਨਾਲ ਕੰਮ ਕਰ ਗਏ ਸਾਡੇ ਹਲਕੇ ਦੇ ਵਿੱਚ ਬ੍ਰੈਂਪਟਨ ਨਾਰਥ ਦੇ ਵਿੱਚ। ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਬ੍ਰੈਂਪਟਨ ਨਾਰਥ ਦੇ ਹਲਕੇ ਦੀਆਂ ਉਹ ਕਈ ਵਾਰ ਬੰਦੇ ਸਾਨੂੰ ਵੀ ਕੰਟੈਕਟ ਕਰਦੇ ਆ ਅਸੀਂ ਉਹਨਾਂ ਨੂੰ ਰੂਬੀ ਸਹੋਤਾ ਜੀ ਕੋਲ ਲੈ ਕੇ ਆਉਂਦੇ ਹਾਂ ਅਤੇ ਰੂਬੀ ਸਹੋਤਾ ਜੀ ਬੜੀ ਮਿਹਨਤ ਨਾਲ ਉਹਨਾਂ ਦੀ ਗੱਲ ਸੁਣਦੀ ਆ ਔਰ ਕੰਮ ਕਰਦੇ ਨੇ। MP ਰੂਬੀ ਸਹੋਤਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਇਸ਼ੂਜ਼ ਹਾਊਸ ਆਫ ਕਾਮਨਸ ਦੇ ਵਿੱਚ ਜ਼ਰੂਰ ਉਠਾਏ ਜਾਣਗੇ। ਜ਼ਿਕਰਯੋਗ ਹੈ ਕਿ ਅਜਿਹੇ ਇਵੈਂਟਸ ਲੋਕਾਂ ਨੂੰ ਉਹਨਾਂ ਦੇ ਹਲਕੇ ਦੇ MP ਅਤੇ ਸਟਾਫ ਦੇ ਨਾਲ ਮਿਲਣ ਦਾ ਇੱਕ ਸੁਨਹਿਰਾ ਮੌਕਾ ਮੁਹੱਈਆ ਕਰਵਾਉਂਦੇ ਹਨ। ਕੈਮਰਾ ਪਰਸਨ ਤਪਿੰਦਰ ਰੰਧਾਵਾ ਦੇ ਨਾਲ ਜਸਲੀਨ ਕਾਲਰਾ, PTC ਨਿਊਜ਼, ਬ੍ਰੈਂਪਟਨ, ਕੈਨੇਡਾ।